ਸ਼੍ਰੀਕਾਲ ਕੈਨੇਡਾ ਤੇ ਅਮਰੀਕਾ ਵਿੱਚ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਬਿੰਦਰਪਾਲ 30 ਮਿੰਟ ਦੇ ਇਸ ਐਪੀਸੋਡ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਇਸ ਹਫਤੇ ਦੀਆਂ ਖਾਸ ਹੈਪਨਿੰਗਸ ਤੇ। ਐਟਲਾਂਟਿਕ ਫਾਰਮ ਵੱਲੋਂ ਕੀਤੀ ਗਈ ਆਪਣੇ ਇੱਕ ਨਵੇਂ ਸਟੋਰ ਦੀ ਸ਼ੁਰੂਆਤ। ਸੈਟਲ ਵਿੱਚ ਕੱਢੀ ਗਈ ਸਿੱਖ ਡੇ ਪਰੇਡ ਨੇ ਸਿਰਜਿਆ ਖਾਲਸਾਈ ਮਾਹੌਲ। ਅਤੇ ਗੁਰਦੁਆਰਾ ਸਿੰਘ ਸਭਾ ਕਾਕਰੇਟ ਵੱਲੋਂ ਅਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਵੱਲੋਂ ਕੱਢਿਆ ਗਿਆ ਨਗਰ ਕੀਰਤਨ। ਐਟਲਾਂਟਿਕ ਫੋਰਮ ਵੱਲੋਂ ਆਪਣੇ ਇੱਕ ਨਵੇਂ ਸਟੋਰ ਦੀ ਸ਼ੁਰੂਆਤ ਕੀਤੀ ਗਈ ਹੈ। 9 ਮਈ ਨੂੰ ਕੀਤੇ ਗਏ ਇਸ ਸਮਾਗਮ ਦੇ ਵਿੱਚ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਸ਼ਾਮਲ ਹੋਈਆਂ। ਐਟਲਾਂਟਿਕ ਫਾਰਮ ਕੈਸ਼ ਐਂਡ ਕੈਰੀ ਗਰੋਸਰੀ ਦੇ ਲਈ ਨਿਊਯਾਰਕ ਦੇ ਵਿੱਚ ਭਾਰਤੀਆਂ ਦੀ ਪਹਿਲੀ ਪਸੰਦ ਬਣੇ ਹੋਏ ਨੇ। ਐਟਲਾਂਟਿਕ ਫਾਰਮ ਸਟੋਰ ਦੇ ਵਿੱਚ ਵਾਧਾ ਕਰਦੇ ਹੋਏ ਨਿਊਯਾਰਕ ਦੇ ਜਾਣੇ ਪਹਿਚਾਣੇ ਬਿਜ਼ਨਸਮੈਨ ਤੇ ਮਾਲਵਾ ਬ੍ਰਦਰਸ ਆਰਗੇਨਾਈਜੇਸ਼ਨ ਦੇ ਬੜੇ ਸਨਮਾਨਯੋਗ ਮੈਂਬਰ ਜਰਨੈਲ ਸਿੰਘ ਬਰਾੜ ਦੇ ਵੱਲੋਂ ਨਿਊਯਾਰਕ ਵਿੱਚ 131 ਸਟਰੀਟ ਤੇ 101 ਐਵੈਨਿਊ ਤੇ ਇੱਕ ਹੋਲਸੇਲ ਦਾ ਸਟੋਰ ਖੋਲ੍ਹਿਆ ਗਿਆ, ਜਿਸ ਵਿੱਚ ਭਾਰਤ ਦੇ ਨਾਲ ਨਾਲ ਬੰਗਲਾਦੇਸ਼, ਵੈਸਟ ਇੰਡੀਜ਼ ਤੇ ਪਾਕਿਸਤਾਨ ਦੀ ਗਰੋਸਰੀ ਵੀ ਮਿਲੇਗੀ। ਐਟਲਾਂਟਿਕ ਫਾਰਮ ਦੇ ਇਸ ਨਵੇਂ ਸਟੋਰ ਦੀ ਗ੍ਰੈਂਡ ਓਪਨਿੰਗ 9 ਮਈ ਨੂੰ ਕੀਤੀ ਗਈ, ਜਿਸ ਵਿੱਚ ਨਿਊਯਾਰਕ ਦੀਆਂ ਪ੍ਰਮੁੱਖ ਸ਼ਖਸੀਅਤਾਂ ਸ਼ਾਮਿਲ ਹੋਈਆਂ ਅਤੇ ਉਹਨਾਂ ਨੇ ਐਟਲਾਂਟਿਕ ਫਾਰਮ ਦੀ ਸਮੁੱਚੀ ਮੈਨੇਜਮੈਂਟ ਨੂੰ ਵਧਾਈ ਪੇਸ਼ ਕੀਤੀ। ਇਹ ਨਵਾਂ ਸਟੋਰ ਇਸ ਏਰੀਆ ਵਿੱਚ ਸਭ ਤੋਂ ਵੱਡਾ ਸਟੋਰ ਹੈ, ਜਿਸ ਵਿੱਚ ਕਸਟਮਰ ਲਈ ਫ੍ਰੀ ਪਾਰਕਿੰਗ ਵੀ ਹੋਏਗੀ। ਜਰਨੈਲ ਸਿੰਘ ਬਰਾੜ ਦੇ ਸਪੁੱਤਰ ਤਰਲੋਚਨ ਸਿੰਘ ਦੀ ਸਖ਼ਤ ਮਿਹਨਤ ਦੇ ਸਦਕਾ ਹੀ ਇਹ ਸਟੋਰ ਖੁੱਲ੍ਹਿਆ ਹੈ। ਉਹਨਾਂ ਨੇ ਪਹਿਲਾਂ ਮਿਹਨਤ ਕਰਕੇ 115 ਸਟਰੀਟ ਅਤੇ ਐਟਲਾਂਟਿਕ ਐਵੈਨਿਊ ਦੇ ਸਟੋਰ ਨੂੰ ਕਾਮਯਾਬ ਕੀਤਾ ਅਤੇ ਫਿਰ ਮਿਹਨਤ ਦੇ ਨਾਲ ਹੁਣ ਇਹ ਨਵਾਂ ਸਟੋਰ ਖੋਲ੍ਹਿਆ ਹੈ। ਉਹਨਾਂ ਵੱਲੋਂ ਸਾਰਿਆਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਜਿਸ ਤਰ੍ਹਾਂ ਪਹਿਲਾਂ ਸਟੋਰ 'ਤੇ ਵਧੀਆ ਸਰਵਿਸ ਦਿੱਤੀ ਜਾਂਦੀ ਹੈ, ਉਸੇ ਤਰ੍ਹਾਂ ਹੀ ਇਸ ਸਟੋਰ 'ਤੇ ਵੀ ਕਸਟਮਰਸ ਨੂੰ ਗਰੋਸਰੀ ਵਿੱਚ ਪੂਰੀ ਸੈਟਿਸਫੈਕਸ਼ਨ ਮਿਲੇਗੀ। ਅਸੀਂ ਉਮੀਦ ਕਰਦੇ ਹਾਂ ਕਿ ਵੀ ਜਿਵੇਂ ਆਪਣਾ ਪਹਿਲਾ ਸਟੋਰ ਐਟਲਾਂਟਿਕ ਫਾਰਮ ਐਟਲਾਂਟਿਕ ਐਵਨਿਊ ਅਤੇ 115 ਸਟਰੀਟ 'ਤੇ ਚੱਲ ਰਿਹਾ, ਉੱਥੇ ਬਹੁਤ ਸਪੋਰਟ ਮਿਲੀ ਹੈ ਕਮਿਊਨਿਟੀ ਵੱਲੋਂ, ਗੁੱਡ ਪ੍ਰਾਈਸਿਸ ਅਤੇ ਕੁਆਲਿਟੀ ਅਸੀਂ ਉੱਥੇ ਪ੍ਰੋਵਾਈਡ ਕਰਦੇ ਹਾਂ। ਉਦੋਂ ਵੱਧ ਕੇ ਅਸੀਂ ਇੱਥੇ ਜ਼ੋਰ ਲਾ ਰਹੇ ਹਾਂ, ਨਵਾਂ ਸਟੋਰ ਇੱਥੇ ਖੋਲ੍ਹਿਆ 131 ਸਟਰੀਟ 101 ਐਵਨਿਊ ਆਲਸੋ ਰਿਚਮੰਡ ਹਿੱਲ ਦੇ ਵਿੱਚ, ਅਤੇ ਉਮੀਦ ਕਰ ਰਹੇ ਹਾਂ ਕਿ ਵੀ ਉਹ ਜਿਹੀ ਸਪੋਰਟ ਸਾਨੂੰ ਕਮਿਊਨਿਟੀ ਵੱਲੋਂ ਮਿਲੂਗੀ ਅਤੇ ਅਸੀਂ ਆਪਣਾ ਪੂਰਾ ਜ਼ੋਰ ਲਾਵਾਂਗੇ ਕਿ ਵੀ ਤੁਹਾਨੂੰ ਸੈਟਿਸਫਾਈ ਕਰਾਂਗੇ। ਇਸ ਸਟੋਰ ਦੇ ਖੁੱਲ੍ਹਣ ਦੇ ਨਾਲ ਕਾਫੀ ਪੰਜਾਬੀਆਂ ਨੂੰ ਸਹੂਲਤ ਮਿਲੇਗੀ, ਕਿਉਂਕਿ 131 ਸਟਰੀਟ ਅਤੇ 101 ਐਵੈਨਿਊ ਦੇ ਨੇੜੇ ਤੇੜੇ 10 ਬਲੋਕਸ ਦੇ ਵਿੱਚ ਕੋਈ ਵੀ ਇੰਡੀਅਨ ਗਰੋਸਰੀ ਵਾਲਾ ਸਟੋਰ ਨਹੀਂ ਹੈ। ਇਸ ਇਲਾਕੇ ਦੇ ਲੋਕਾਂ ਦੇ ਵੱਲੋਂ ਵੀ ਲੰਬੇ ਸਮੇਂ ਤੋਂ ਇਸ ਏਰੀਆ ਦੇ ਵਿੱਚ ਇੰਡੀਅਨ ਗਰੋਸਰੀ ਸਟੋਰ ਦੀ ਮੰਗ ਕੀਤੀ ਗਈ ਸੀ, ਜੋ ਕਿ ਹੁਣ ਐਟਲਾਂਟਿਕ ਫਾਰਮ ਦੇ ਖੁੱਲ੍ਹਣ ਦੇ ਨਾਲ ਪੂਰੀ ਹੋ ਗਈ ਹੈ। ਵਧਾਈਆਂ ਦੇਣ ਵਾਲਿਆਂ ਦੇ ਵਿੱਚ KS ਬਿਲਿੰਗ ਵਾਲੇ, ਕਿਰਪਾਲ ਸਿੰਘ ਤੇ ਹੋਰ ਕਈ ਦੋਸਤ ਵੀ ਸ਼ਾਮਿਲ ਸੀ ਅਤੇ ਉਹਨਾਂ ਨੇ ਗਲੋਬਲ ਪੰਜਾਬ ਟੀਵੀ ਰਾਹੀਂ ਐਟਲਾਂਟਿਕ ਫਾਰਮ ਦੀ ਨਵੀਂ ਲੋਕੇਸ਼ਨ ਖੁੱਲ੍ਹਣ ਤੇ ਖੁਸ਼ੀ ਜ਼ਾਹਿਰ ਕੀਤੀ। ਜਿਹੜਾ ਪਹਿਲਾ ਸਟੋਰ ਹੈ ਉਹ ਵੀ ਬੜੀ ਤਰੱਕੀ ਦੇ ਵਿੱਚ ਚੱਲ ਰਿਹਾ ਹੈ, ਜਿਹੜਾ ਐਟਲਾਂਟਿਕ ਫਾਰਮ ਐਟਲਾਂਟਿਕ ਐਵਨਿਊ ਦੇ ਉੱਤੇ ਹੈ, ਅਤੇ ਇਹ ਉਸ ਐਕਸਪੀਰੀਅੰਸ ਤੋਂ ਬਾਅਦ ਨਵੀਆਂ ਚੀਜ਼ਾਂ ਅਤੇ ਉਸ ਐਕਸਪੀਰੀਅੰਸ ਜੇ ਉੱਥੇ ਜੋ ਤਰੱਕੀ ਕੀਤੀ ਹੈ ਉਹਨੂੰ ਇੱਥੇ ਲਾਗੂ ਕਰਕੇ ਖੋਲ੍ਹਿਆ ਗਿਆ। ਇਸ ਕਰਕੇ ਬਹੁਤ ਵੱਡੀਆਂ ਉਮੀਦਾਂ ਨੇ ਅਤੇ ਇੱਥੋਂ ਦੀ ਜੋ ਪਬਲਿਕ ਹੈ ਉਹਨਾਂ ਵਾਸਤੇ ਇਹ ਬੜੀ ਵੱਡੀ ਸੁਵਿਧਾ ਹੈ ਅਤੇ ਆਸ ਹੈ ਕਿ ਪੂਰਾ ਫਾਇਦਾ ਉਠਾਉਣਗੇ। ਜਦ ਕੋਈ ਵੀ ਪੰਜਾਬੀ ਬਾਹਰਲੇ ਮੁਲਕਾਂ ਦੇ ਵਿੱਚ ਤਰੱਕੀ ਕਰਦਾ ਹੈ ਤਾਂ ਉਹ ਪੂਰੀ ਪੰਜਾਬੀਅਤ ਲਈ ਬੜੇ ਮਾਣ ਵਾਲੀ ਗੱਲ ਹੁੰਦੀ ਹੈ। ਪਰਮਾਤਮਾ ਇਸੇ ਤਰ੍ਹਾਂ ਪੰਜਾਬੀ ਭਾਈਚਾਰੇ ਨੂੰ ਪ੍ਰਦੇਸ਼ਾਂ ਦੇ ਵਿੱਚ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਬਖਸ਼ੇ। ਨਿਊਯਾਰਕ ਤੋਂ ਗਿਲ ਪ੍ਰਦੀਪ ਦੇ ਨਾਲ ਬਿੰਦਰਪਾਲ, ਗਲੋਬਲ ਪੰਜਾਬ ਟੀਵੀ। ਬੀਤੇ ਦਿਨੀ ਯੁਵਾ ਸਿਟੀ ਸਪੋਰਟਸ ਕਲੱਬ ਵੱਲੋਂ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿੱਚ ਖਿਡਾਰੀਆਂ ਦੀਆਂ ਟੀਮਾਂ ਵੱਲੋਂ ਕਾਫੀ ਜ਼ਿਆਦਾ ਉਤਸ਼ਾਹ ਵਿਖਾਇਆ ਗਿਆ। ਯੁਵਾ ਸਿਟੀ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ 9ਵੇਂ ਵਰਲਡ ਕਬੱਡੀ ਕੱਪ ਅਤੇ ਵਿਸਾਖੀ ਮੇਲੇ ਦੌਰਾਨ ਬੇ ਏਰੀਆ ਸਪੋਰਟਸ ਕਲੱਬ ਨੇ ਸੈਂਟਰਲ ਵੈਲੀ ਸਪੋਰਟਸ ਕਲੱਬ ਨੂੰ 48-26 ਪੁਆਇੰਟ ਦੇ ਫਰਕ ਨਾਲ ਕਬੱਡੀ ਕੱਪ ਜਿੱਤਾ ਦਿੱਤਾ। ਬਾਕੀ ਖੇਡਾਂ ਵਿੱਚ ਬਾਸਕਟਬਾਲ, ਫੁੱਟਬਾਲ, ਵਾਲੀਬਾਲ ਆਦਿ ਵੀ ਹੋਈਆਂ। ਇਹ ਕਬੱਡੀ ਕੱਪ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ ਅਮੈਰੀਕਾ ਦੇ ਅਸੂਲਾਂ ਹੇਠ ਹੋਇਆ ਸੀ। ਬਾਕੀ ਗੇਮਸ ਵਿੱਚ ਵਾਲੀਬਾਲ ਫ੍ਰਿਜ਼ਨੋ ਪਹਿਲੇ ਅਤੇ ਵਾਸ਼ਿੰਗਟਨ ਦੂਜੇ ਥਾਂ 'ਤੇ ਰਹੀਆਂ। ਫੁੱਟਬਾਲ ਵਿੱਚ ਯੁਵਾ ਸਿਟੀ ਅਤੇ ਫ੍ਰਿਜ਼ਨੋ ਦੂਜੇ ਅਤੇ ਬਾਸਕਟਬਾਲ ਯੁਵਾ ਸਿਟੀ ਪਹਿਲੇ ਅਤੇ ਬੇ ਤੋਂ ਬੇ ਦੀ ਟੀਮ ਦੂਜੇ ਸਥਾਨ 'ਤੇ ਰਹੀ। ਦੀਦਾਰ ਸਿੰਘ ਬੈਂਸ ਵੱਲੋਂ ਯੁਵਾ ਸਿਟੀ ਸਪੋਰਟਸ ਕਲੱਬ ਨੂੰ $10,000 ਅਤੇ 5,000 ਕਬੱਡੀ ਦੇ ਖਿਡਾਰੀ ਜੌਨੀ ਗਿੱਲ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਉੱਘੇ ਫਾਰਮਰ ਸਰਬਜੀਤ ਥਿਆੜਾ ਵੱਲੋਂ ਭਾਰੀ ਨਕਦ ਇਨਾਮਾਂ ਵਿੱਚ ਉੱਘੇ ਖਿਡਾਰੀ ਤੀਰਥ ਗਾਖਲ ਨੂੰ $5,000, ਹੋਰਨਾਂ ਖਿਡਾਰੀਆਂ ਨੂੰ 4 ਗੋਲਡ ਦੀਆਂ ਚੇਨਜ਼ ਅਤੇ 4 ਟੀਮਾਂ ਨੂੰ $11,100 ਇਨਾਮ ਦਿੱਤੇ ਗਏ। ਅਤੇ ਇਸ ਮੌਕੇ 'ਤੇ ਨੇਪਾਲ ਵਿੱਚ ਵਾਪਰੀ ਦੁਖਾਂਤ ਘਟਨਾ ਭੁਚਾਲ ਲਈ ਕਰੀਬ $13,000 ਸਿੱਖ ਸੇਵਾ ਸੁਸਾਇਟੀ ਵੱਲੋਂ ਵੀ ਇਕੱਠਾ ਕੀਤਾ ਗਿਆ।
ਧੰਨ ਸਪੋਰਟਸ ਕਲੱਬ ਕਲੱਬ ਜੋਬਾ ਸਿਟੀ ਵੱਲੋਂ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਬਹੁਤ ਵਧੀਆ ਪ੍ਰੋਗਰਾਮ ਹੈ ਬਹੁਤ ਵਧੀਆ ਪਲੇਅਰ ਦੁਨੀਆ ਦੇ ਸਰਕਟ ਪਲੇਅਰ ਜਿਹੜੇ ਵਰਲਡ ਲੈਵਲ ਦੇ ਪਲੇਅਰ ਇਸ ਗਰਾਊਂਡ ਵਿੱਚ ਖੇਡ ਕੇ ਜਾ ਰਹੇ ਨੇ ਅਸੀਂ ਆਪਣੇ ਵੱਲੋਂ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਵੱਲੋਂ ਜੋਬਾ ਸਿਟੀ ਸਪੋਰਟਸ ਕਲੱਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਈ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਸਾਰੇ ਹੀ ਪ੍ਰਮੋਟਰਸ ਦਾ ਸਾਰੇ ਸਾਡੇ ਸਪੌਂਸਰਸ ਦਾ ਅਤੇ ਸਾਰੀਆਂ ਆਈਆਂ ਟੀਮਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਗਲੇ ਸਾਲ ਤੋਂ ਵੀ ਇਹ ਕੱਪ ਇਦਾਂ ਹੀ ਹੋਏਗਾ ਇੱਥੇ ਅਤੇ ਆਪਾਂ ਇਸ ਨੂੰ ਵੱਧ ਚੜ ਕੇ ਸਪੋਰਟ ਕਰਾਂਗੇ ਅਤੇ ਇੱਥੇ ਅੱਗੇ ਤੋਂ ਖੁੱਲਾ ਖੜਾ ਵੀ ਹੋਏਗਾ ਜੋਬਾ ਸਿਟੀ ਕੈਲੀਫੋਰਨੀਆ ਤੋਂ ਜਗਦੇਵ ਸਿੰਘ ਪੰਡਾਲ ਦੇ ਨਾਲ ਬਿੰਦਰਪਾਲ ਗਲੋਬਲ ਪੰਜਾਬ ਟੀਵੀ ਲਈ ਸਿਆਟਲ ਦੇ ਵਿੱਚ ਕੱਢੀ ਗਈ ਸਿੱਖ ਡੇ ਪਰੇਡ ਨੇ ਖਾਲਸਾਈ ਮਾਹੌਲ ਸਿਰਜ ਕੇ ਖਾਲਸਾ ਪੰਥ ਦੀ ਮਹਾਨ ਵਿਰਾਸਤ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਸਿੱਖ ਸੰਗਤਾਂ ਦੇ ਵਿੱਚ ਜੋਸ਼ ਅਤੇ ਤਾਕਤ ਭਰਨ ਦਾ ਕੰਮ ਕੀਤਾ ਹੈ ਸਿਆਟਲ ਦੀ ਸਿੱਖ ਸੰਗਤ ਵੱਲੋਂ ਸਿੰਘ ਸਭਾ ਗੁਰੂ ਘਰ ਰੈਂਟਨ ਦੇ ਉੱਦਮ ਦੇ ਨਾਲ ਸਿੱਖ ਡੇ ਪਰੇਡ ਇੱਥੋਂ ਦੇ ਪ੍ਰਸਿੱਧ ਸ਼ੋਅਵੇਅਰ ਸੈਂਟਰ ਵਿਖੇ ਕਰਵਾਈ ਗਈ ਪ੍ਰਬੰਧਕਾਂ ਵੱਲੋਂ ਦਿੱਤੀ ਗਈ ਸੂਚਨਾ ਮੁਤਾਬਕ ਕੋਈ 10,000 ਤੋਂ ਵੀ ਜ਼ਿਆਦਾ ਸੰਗਤਾਂ ਨੇ ਇਸ ਪਰੇਡ ਦੇ ਵਿੱਚ ਹਿੱਸਾ ਲੈ ਕੇ ਸ਼ਰਧਾ ਉਤਸ਼ਾਹ ਅਤੇ ਸਤਿਕਾਰ ਭਾਵਨਾ ਦੇ ਨਾਲ ਪਰੇਡ ਦਾ ਆਨੰਦ ਮਾਣਿਆ ਜਿਸ ਦਾ ਗਲੋਬਲ ਪੰਜਾਬ ਟੀਵੀ ਵੱਲੋਂ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ ਸ਼ੋਅਵੇਅਰ ਸੈਂਟਰ ਦੇ ਵੱਡੇ ਹਾਲ ਦੇ ਵਿੱਚ ਵੱਡੀ ਸਟੇਜ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ ਜਿੱਥੇ ਨਤਮਸਤਕ ਹੋਣ ਅਤੇ ਧਾਰਮਿਕ ਦੀਵਾਨਾਂ ਉਪਰੰਤ ਅਰਦਾਸ ਕੀਤੀ ਗਈ ਅਤੇ ਸਿੱਖ ਡੇ ਪਰੇਡ ਆਰੰਭ ਕੀਤੀ ਗਈ ਕੋਈ 1.5 ਮੀਲ ਦੇ ਕਰੀਬ ਕੈਂਟ ਟਾਊਨ ਦੇ ਵਿੱਚੋਂ ਦੀ ਗੁਜ਼ਰਦੀ ਹੋਈ ਇਹ ਪਰੇਡ ਵਾਪਸ ਸ਼ੋਅਵੇਅਰ ਸੈਂਟਰ ਵਿਖੇ ਹੀ ਸੰਪੂਰਨ ਹੋਈ ਸ਼ੋਅਵੇਅਰ ਸੈਂਟਰ ਦੇ ਬਾਹਰ ਸੰਗਤਾਂ ਲਈ ਖਾਣ ਪੀਣ ਦੀਆਂ ਚੀਜ਼ਾਂ ਦੇ ਵੱਖੋ ਵੱਖਰੇ ਸਟਾਲ ਲਗਾਏ ਗਏ ਜਿੱਥੇ ਹਰ ਚੀਜ਼ ਫ੍ਰੀ ਵਰਤਾਈ ਗਈ ਸਾਰੀ ਸਮੂਹ ਸੰਗਤ ਨੂੰ ਖਾਲਸੇ ਦੇ ਜਨਮ ਦਿਹਾੜੇ ਦੀ ਬਹੁਤ 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 ਮੁਬਾਰਕਬਾਦ ਜੀ ਅਤੇ ਬਹੁਤ ਹੀ ਸੋਹਣਾ ਇਹ ਨਗਰ ਕੀਰਤਨ ਹੋਇਆ ਸਾਡੇ ਅੱਜ ਸਿਆਟਲ ਦੇ ਵਿੱਚ ਸੰਗਤਾਂ ਨੇ ਬਹੁਤ ਹੀ ਇਹਦਾ ਨਗਰ ਕੀਰਤਨ ਦਾ ਆਨੰਦ ਮਾਣਿਆ ਅਤੇ ਖਾਲਸੇ ਦੇ ਜਨਮ ਦਿਹਾੜੇ ਦੇ ਉੱਤੇ ਰੱਜ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਖਾਲਸਾ ਸਾਜਨਾ ਦਿਵਸ ਜਿਹੜਾ ਸਾਰੇ ਦੁਨੀਆਂ ਦੇ ਵਿੱਚ ਕੋਨੇ ਕੋਨੇ ਮਨਾਇਆ ਜਾ ਰਿਹਾ ਅੱਜ ਸ਼ਹਿਰ ਦੇ ਵਿੱਚ ਨਗਰ ਕੀਰਤਨ ਚੱਲ ਰਿਹਾ ਵਾ ਤੁਸੀਂ ਦੇਖ ਰਹੇ ਜੇ ਕਿੰਨੀਆਂ ਰੌਣਕਾਂ ਨੇ ਅਤੇ ਲੋਕ ਦੂਰੋਂ ਦੂਰ ਤੋਂ ਆ ਕੇ ਬੜੀ ਨਿਹਚਾ ਨਾਲ ਸ਼ਰਧਾ ਭਾਵਨਾ ਨਾਲ ਅੱਜ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ ਆ ਮੈਂ ਸਮਝਦਾ ਸਾਰੇ ਸਿੱਖ ਕੌਮ ਲਈ ਬੜੀ ਇਹ ਮਾਣ ਦੀ ਗੱਲ ਆ ਖੁਸ਼ੀ ਦੀ ਗੱਲ ਆ ਸਿਆਟਲ ਤੋਂ ਸੁਖਪਾਲ ਸਿੰਘ ਧਨੋਆ ਦੇ ਨਾਲ ਬਿੰਦਰਪਾਲ ਗਲੋਬਲ ਪੰਜਾਬ ਟੀਵੀ ਲਈ ਮਾਵਾਂ ਨੂੰ ਸਮਰਪਿਤ ਦਿਨ ਮਦਰਸ ਡੇ ਨੂੰ ਵਿਦੇਸ਼ਾਂ ਦੇ ਵਿੱਚ ਵੀ ਇੱਕ ਖਾਸ ਦਿਨ ਵਜੋਂ ਮਨਾਇਆ ਜਾਂਦਾ ਹੈ ਇਹ ਸਿੱਖ ਦਿਨ ਭਾਈਚਾਰੇ ਵੱਲੋਂ ਵੀ ਮਨਾਇਆ ਗਿਆ ਅਤੇ ਇਸ ਮੌਕੇ ਉੱਤੇ ਗੁਰਦੁਆਰਾ ਬਰੀਨ ਸਾਹਿਬ ਦੇ ਵਿੱਚ ਕੀਰਤਨ ਕਰਵਾਇਆ ਗਿਆ ਗੁਰਦੁਆਰਾ ਬਰੀਨ ਸਾਹਿਬ ਵਿਖੇ ਮਦਰਸ ਡੇ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਬਹੁਤ ਸਾਰੀਆਂ ਸੰਗਤਾਂ ਨੇ ਕੀਰਤਨ ਦਾ ਆਨੰਦ ਮਾਣਿਆ ਭਾਈ ਸਾਹਿਬ ਭਾਈ ਸ਼ਰਨਜੀਤ ਸਿੰਘ ਜੀ ਦੇ ਜਥੇ ਨੇ ਸੰਗਤਾਂ ਨੂੰ ਕੀਰਤਨ ਦੇ ਨਾਲ ਨਿਹਾਲ ਕੀਤਾ ਛੋਟੇ ਬੱਚਿਆਂ ਨੇ ਵੀ ਕੀਰਤਨ ਦੇ ਨਾਲ ਹਾਜ਼ਰੀ ਲਵਾਈ ਜਿਸ ਵਿੱਚ ਤਰਨਜੀਤ ਸਿੰਘ ਅਤੇ ਕ੍ਰਿਸ਼ਨਾ ਸਦਿਓੜਾ ਨੇ ਸ਼ਬਦ ਗਾਇਨ ਦੇ ਨਾਲ ਹਾਜ਼ਰੀ ਲਵਾਈ ਪ੍ਰੋਫੈਸਰ ਸੁਖਚੈਨ ਸਿੰਘ ਜੀ ਨੇ ਮਦਰਸ ਡੇ ਬਾਰੇ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕੀਤੇ ਇੱਕ ਸ਼ਬਦ ਦੇ ਵਿੱਚ ਗੁਰੂ ਚੌਥੇ ਪਾਤਸ਼ਾਹ ਜੀ ਨੇ ਮਾਤਾਵਾਂ ਨੂੰ ਚੇਤਾਵਨੀ ਦਿੱਤੀ ਹੈ ਮਾਤਾਵਾਂ ਦਾ ਇੱਕ ਬਹੁਤ ਵੱਡਾ ਫਰਜ਼ ਹੈ ਆਪਣੇ ਬੱਚਿਆਂ ਨੂੰ ਆਪਣੀਆਂ ਬੱਚੀਆਂ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਨਾ ਸਕੂਲ ਦੇ ਬੱਚਿਆਂ ਤੇ ਟੀਚਰਸ ਨੇ ਵੀ ਮਦਰਸ ਡੇ ਬਾਬਤ ਕਿਹਾ ਮਾਂ ਜਿਹਾ ਕਣਛਾਵਾਂ ਬੂਟਾ ਜਗ ਵਿੱਚ ਨਜ਼ਰ ਨਾ ਆਵੇ ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਸੁੱਕ ਜਾਂਦੇ ਪਰ ਇਹ ਬੂਟਾ ਫੁੱਲਾਂ ਦੇ ਕਮਲਾਇਆ ਇਹ ਬੂਟਾ ਮੁਰਝਾਵੇ ਅਤੇ ਜਸਬੀਰ ਸਿੰਘ ਸੇਠੀ ਜੀ ਨੇ ਵੀ ਮਦਰਸ ਡੇ ਬਾਰੇ ਚਾਨਣਾ ਪਾਇਆ ਤੇ ਮੈਂ ਮਾਵਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇੱਕ ਨਿਯਮ ਇਹ ਵੀ ਬਣਾ ਲਓ ਕਿ ਰੋਜ਼ ਰਾਤ ਨੂੰ ਸੌਣ ਤੋਂ ਪਹਿਲੇ ਬੱਚੇ ਦੇ ਕਮਰੇ ਜਾ ਕੇ ਉਹਦੇ ਸਿਰ ਤੇ ਹੱਥ ਫੇਰ ਕੇ ਉਹਨੂੰ ਅਸੀਸ ਦਿਓ ਕਿ ਗੁਰੂ ਤੇਰੇ ਅੰਤ ਸੰਗ ਹੈ ਗੁਰੂ ਤੇਰੇ ਰਾਖਾ ਤੇ ਤੂੰ ਗੁਰੂ ਦਾ ਬਣ ਕੇ ਰਹਿਣਾ ਹੈਗਾ ਹਿਊਸਟਨ ਦੀਆਂ ਸੰਗਤਾਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਮਦਰਸ ਡੇ ਮਨਾ ਕੇ ਆਪਣੀਆਂ ਮਾਵਾਂ ਨੂੰ ਯਾਦ ਕੀਤਾ ਹਿਊਸਟਨ ਟੈਕਸਸ ਤੋਂ ਜਸਵੰਤ ਸਿੰਘ ਜੱਸੀ ਦੇ ਨਾਲ ਬਿੰਦਰਪਾਲ ਗਲੋਬਲ ਪੰਜਾਬ ਟੀਵੀ ਪ੍ਰੋਗਰਾਮ 30 ਮਿੰਟ ਦੇ ਵਿੱਚ ਵੇਲਾ ਹੋ ਚੱਲਿਆ ਹੈ ਇੱਕ ਬ੍ਰੇਕ ਦਾ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰੇ ਹੀ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ ਅਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ 30 ਮਿੰਟ
अमेरिका की स्टेट असैम्बली दीआं हुण जा रहीआं चोणां दी तैयारी लगभग मुकम्मल हो चुकी है। इन्हां चोणां दे विच पंजाबी भाईचारे नाल संबंधित डॉक्टर हरिंदर सिंह गरेवाल होरां ने भी तैयारी कर रखी है। ਡਾਕਟਰ ਹਰਿੰਦਰ ਸਿੰਘ ਗਰੇਵਾਲ ਦੀ ਚੋਣ ਦੇ ਲਈ ਫੰਡ ਇਕੱਠਾ ਕਰਨ ਲਈ ਡਿਨਰ ਮੈਡ ਸੈਟੋ ਨਜ਼ਦੀਕੀ ਹੰਸਨ ਵਿਖੇ ਕਰਵਾਇਆ ਗਿਆ। ਅਮਰੀਕਾ ਦੇ ਅੰਦਰ ਸਟੇਟ ਅਸੈਂਬਲੀ ਦੀਆਂ ਚੋਣਾਂ 2016 'ਚ ਹੋਣ ਜਾ ਰਹੀਆਂ ਨੇ, ਜਿਸ ਲਈ ਵੱਖ ਵੱਖ ਥਾਵਾਂ ਤੋਂ ਦਾਅਵੇਦਾਰ ਉਮੀਦਵਾਰਾਂ ਦੁਆਰਾ ਆਪਣੀ ਚੋਣ ਮੁਹਿੰਮ ਨੂੰ ਹੁਣੇ ਤੋਂ ਮੀਟਿੰਗਾਂ ਜਾਂ ਫੰਡ ਇਕੱਠਾ ਕਰਨ ਦੇ ਰੂਪ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਲੜੀ ਦੇ ਤਹਿਤ ਮੈਡਸੈਟੋ ਇਲਾਕੇ ਦੀ ਜਾਣੀ ਪਹਿਚਾਣੀ ਸ਼ਖਸੀਅਤ ਡਾਕਟਰ ਹਰਿੰਦਰ ਸਿੰਘ ਗਰੇਵਾਲ, ਜੋ ਕਿ ਸਟੇਟ ਅਸੈਂਬਲੀ ਲਈ ਕੈਲੀਫੋਰਨੀਆ ਦੇ ਡਿਸਟ੍ਰਿਕਟ 12 ਤੋਂ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਨੇ, ਉਹਨਾਂ ਦੀ ਚੋਣ ਮੁਹਿੰਮ ਦੇ ਲਈ ਡਾਕਟਰ ਨਿਰਮਲ ਸਿੰਘ ਰਾਏ ਅਤੇ ਸਹਿਯੋਗੀਆਂ ਦੁਆਰਾ ਫੰਡ ਇਕੱਠਾ ਕਰਨ ਲਈ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਭਰ ਤੋਂ ਸਮੂਹ ਭਾਰਤੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਤੋਂ ਇਲਾਵਾ ਅਮੈਰੀਕਨ ਭਾਈਚਾਰੇ ਨੇ ਵੀ ਆਪਣਾ ਬਣਦਾ ਯੋਗਦਾਨ ਪਾਇਆ। ਇਸ ਦੌਰਾਨ ਵੱਖੋ ਵੱਖਰੇ ਬੁਲਾਰਿਆਂ ਨੇ ਡਾਕਟਰ ਗਰੇਵਾਲ ਦੀਆਂ ਪੰਜਾਬੀ ਅਤੇ ਭਾਰਤੀ ਭਾਈਚਾਰੇ ਲਈ ਕੀਤੇ ਕੰਮਾਂ ਦਾ ਜ਼ਿਕਰ ਵੀ ਕੀਤਾ। ਇਸ ਮੌਕੇ ਗਲੋਬਲ ਪੰਜਾਬ ਟੀਵੀ ਦੇ ਨਾਲ ਗੱਲਬਾਤ ਦੌਰਾਨ ਡਾਕਟਰ ਗਰੇਵਾਲ ਨੇ ਸਮੁੱਚੇ ਭਾਈਚਾਰੇ ਤੋਂ ਸਹਿਯੋਗ ਦੀ ਮੰਗ ਕੀਤੀ ਹੈ ਤੇ ਰਲ ਕੇ ਚੱਲਣ ਦੀ ਵਚਨਬੱਧਤਾ ਵੀ ਦੁਹਰਾਈ ਹੈ। ਤੁਹਾਡੇ ਸਾਰੇ ਵਿਊਅਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰੀ ਬੇਨਤੀ ਆ ਵੀ ਜਿਹੜੀ 2016 ਦੇ ਵਿੱਚ ਕੈਲੀਫੋਰਨੀਆ ਸਟੇਟ ਅਸੈਂਬਲੀ ਦੀ ਇਲੈਕਸ਼ਨ ਹੋਣੀ ਆ, ਡਿਸਟ੍ਰਿਕਟ 12 ਵੱਲੋਂ ਮੈਂ ਡੈਮੋਕ੍ਰੈਟਿਕ ਪਾਰਟੀ ਦਾ ਕੈਂਡੀਡੇਟ ਹਾਂ। ਮੈਨੂੰ ਪੂਰੀ ਉਮੀਦ ਆ ਵੀ ਤੁਸੀਂ ਸਾਰੇ ਜਣੇ ਮੈਨੂੰ ਆਪਣਾ ਸਮਝ ਕੇ 2016 ਦੇ ਵਿੱਚ ਵੋਟ ਪਾ ਕੇ ਮੈਨੂੰ ਕਾਮਯਾਬ ਕਰੋਗੇ। ਜਦੋਂ ਕਿ ਬਾਕੀ ਬੁਲਾਰਿਆਂ ਦੇ ਵਿੱਚ ਡਾਕਟਰ ਨਿਰਮਲ ਸਿੰਘ ਰਾਏ ਨੇ ਉਹਨਾਂ ਦੀ ਚੰਗੀ ਸ਼ਖਸੀਅਤ ਦਾ ਜ਼ਿਕਰ ਕੀਤਾ ਹੈ। ਵੀ ਨੋ ਡਾਕਟਰ ਗਰੇਵਾਲ ਫੋਰ ਦ ਲਾਸਟ ਸੈਵਰਲ ਈਅਰਸ ਹੀ ਇਜ਼ ਰਨਿੰਗ ਫੋਰ ਅਸੈਂਬਲੀਮੈਨ ਡਿਸਟ੍ਰਿਕਟ 12 ਇਲੈਕਸ਼ਨ 2016। We strongly believe in him and we strongly support him. We'll do everything in with our family to support him to get him elected. Dr. Meetinder Kaur Rai ne samuh aurtan to sahyog di mang kiti hai jadon ke Manik Kaur Sekho ne naujawan varg nu naal chalan layi prerit kita. ਸਰਦਾਰ ਜਗਤਾਰ ਸਿੰਘ ਸੇਖੋਂ ਨੇ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ। ਸਰਦਾਰ ਅਜੀਤ ਸਿੰਘ ਸੰਧੂ ਨੇ ਚੋਣ ਇਤਿਹਾਸ ਦਾ ਵੀ ਜ਼ਿਕਰ ਕੀਤਾ। ਇਸ ਤੋਂ ਇਲਾਵਾ ਸਰਦਾਰ ਪਰਮਿੰਦਰ ਸਿੰਘ ਗਰੇਵਾਲ ਨੇ ਸਮੁੱਚੇ ਭਾਈਚਾਰੇ ਨੂੰ ਡਾਕਟਰ ਸਾਹਿਬ ਦੀ ਜਿੱਤ ਦੇ ਲਈ ਰਲ ਕੇ ਹੰਭਲਾ ਮਾਰਨ ਲਈ ਕਿਹਾ ਤੇ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਆਪਣਾ ਹਿੱਸਾ ਪਾਇਆ। ਫਰਿਜ਼ਨੋ ਤੋਂ ਕੁਲਵੰਤ ਤੋਬੀ ਤਾਲੀਆਂ ਦੇ ਨਾਲ ਬਿੰਦਰਪਾਲ, ਗਲੋਬਲ ਪੰਜਾਬ ਟੀਵੀ ਲਈ। ਸਾਹਿਤ ਮਨੁੱਖ ਨੂੰ ਜ਼ਿੰਦਗੀ ਦੇ ਨਾਲ ਜੋੜਨ ਦਾ ਕੰਮ ਕਰਦਾ ਹੈ। ਸਾਹਿਤ ਨੂੰ ਪੜ੍ਹਨ ਵਾਲਿਆਂ ਅਤੇ ਲਿਖਣ ਵਾਲਿਆਂ ਤੋਂ ਬਿਹਤਰ ਇਸ ਗੱਲ ਨੂੰ ਹੋਰ ਕੌਣ ਜਾਣ ਸਕਦਾ ਹੈ। ਇਸ ਲਈ ਸਾਹਿਤ ਪ੍ਰੇਮੀਆਂ ਅਤੇ ਲੇਖਕਾਂ ਵੱਲੋਂ ਬਣਾਈ ਗਈ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ 17ਵੀਂ ਵਰ੍ਹੇਗੰਢ ਮਨਾਈ ਗਈ। ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ, ਜਿਹੜੀ ਕਿ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਸਦਾ ਹੀ ਉਸਾਰੂ ਕਾਰਜਾਂ ਕਰਕੇ ਚਰਚਾ 'ਚ ਰਹਿੰਦੀ ਹੈ, ਵੱਲੋਂ ਲੰਘੇ ਸ਼ਨੀਵਾਰ ਆਪਣੀ 17ਵੀਂ ਵਰ੍ਹੇਗੰਢ ਸੰਗਮ ਹਾਲ ਵੈਸਟ ਸੈਕਰਾਮੈਂਟੋ ਵਿਖੇ ਸ਼ਾਨੋ ਸ਼ੌਕਤ ਨਾਲ ਮਨਾਈ ਗਈ। ਇਸ ਸਮਾਗਮ ਦੀ ਪ੍ਰਧਾਨਗੀ ਡਾਕਟਰ ਓਂਕਾਰ ਬਿੰਦਰਾ, ਵਾਸਦੇਵ ਸਿੰਘ ਪਰਹਾਰ, ਦਿਲਵੀਰ ਦਿਲ ਨਿੱਜਰ, ਜੋਤੀ ਸਿੰਘ, ਇੰਦਰ ਸਿੰਘ ਖਾਮੋਸ਼ ਨੇ ਕੀਤੀ। ਇਸ ਮੌਕੇ ਪੰਜਾਬੀ ਭਾਸ਼ਾ ਵਿੱਚ ਆ ਰਹੇ ਨਿਗਾਰ ਅਤੇ ਆਪਣੀ ਨਵੀਂ ਪਨੀਰੀ ਨੂੰ ਮਾਂ ਬੋਲੀ ਨਾਲ ਜੋੜਨ ਸੰਬੰਧੀ ਸੈਮੀਨਾਰ ਵੀ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਬੋਲਣ ਵਾਲੇ ਬੁਲਾਰਿਆਂ ਨੇ ਸਾਹਿਤ ਸਭਾ ਦੇ ਅਣਥਕ ਮੈਂਬਰਾਂ ਦੀ ਉਹਨਾਂ ਦੀ ਸੇਵਾਵਾਂ ਲਈ ਭਰਪੂਰ ਸ਼ਲਾਘਾ ਕੀਤੀ ਅਤੇ ਸੰਸਥਾ ਨੂੰ ਸੁਚੱਜੇ ਢੰਗ ਦੇ ਨਾਲ ਚਲਾਉਣ ਦੇ ਲਈ ਸੰਸਥਾ ਦੇ ਪ੍ਰਧਾਨ ਦਿਲਵੀਰ ਸਿੰਘ ਨਿੱਜਰ ਨੇ ਉਪਰਾਲਿਆਂ ਨੂੰ ਭਰਪੂਰ ਸਲਾਹਿਆ। ਇਸ ਮੌਕੇ ਬੁਲਾਰਿਆਂ ਨੇ ਮਜ਼ਬੂਤ ਸਰਕਾਰ ਦੇ ਮਾਂ ਬੋਲੀ ਪ੍ਰਤੀ ਰਵੱਈਏ ਦੀ ਕਰੜੀ ਆਲੋਚਨਾ ਕੀਤੀ ਅਤੇ ਸਰਕਾਰੀ ਸਕੂਲਾਂ ਦੀ ਬਜਾਏ ਪ੍ਰਾਈਵੇਟ ਸਕੂਲਾਂ ਨੂੰ ਵੀ ਪੰਜਾਬੀ ਬੋਲੀ ਨੂੰ ਨਕਾਰਨ ਲਈ ਕੋਸਿਆ। ਮੈਂ 1990 ਦੀ ਗੱਲ ਤਾਂ ਲਿਖੀ ਆ ਕਿਉਂਕਿ ਮੇਰੇ ਨਾਲ ਇੱਕ ਇੰਸੀਡੈਂਟ ਮੇਰੀ ਜ਼ਿੰਦਗੀ ਦਾ ਜਿਹੜਾ ਮੈਂ ਤੁਹਾਨੂੰ ਦੱਸਦਾ, ਪਰ ਪਰਹਾਰ ਸਾਹਿਬ ਦੀ ਗੱਲ ਸੁਣ ਕੇ ਮੈਨੂੰ ਇਹ ਲੱਗਾ ਵੀ ਪੰਜਾਬੀ ਭਾਸ਼ਾ ਦਾ ਪਸਾਰ ਤਾਂ ਉਦੋਂ ਹੀ ਹੋਇਆ ਜਦੋਂ ਦੇਸ਼ ਵੰਡ ਨਹੀਂ ਹੋਈ ਸੀ ਜਾਂ ਜਦੋਂ ਬਾਬਾ ਫਰੀਦ ਅਤੇ ਗੁਰੂਆਂ ਨੇ ਗੱਲਾਂ ਕੀਤੀਆਂ ਲਿਖੀਆਂ, ਉਦੋਂ ਬਾਅਦ ਤਾਂ ਪੰਜਾਬੀ ਭਾਸ਼ਾ ਦਾ ਪਸਾਰ ਨਹੀਂ ਹੋਇਆ, ਨਿਘਾਰ ਹੀ ਹੋਇਆ। ਜੇ ਤੁਸੀਂ ਆਪਣੀ ਬੋਲੀ 'ਤੇ ਮਾਣ ਨਹੀਂ ਕਰ ਸਕਦੇ ਤਾਂ ਤੁਸੀਂ ਉਹ ਬੋਲੀ ਕਦੇ ਸਿੱਖ ਨਹੀਂ ਸਕੋਗੇ। ਬੋਲ ਸਕੋਗੇ ਪਰ ਸਿੱਖ ਨਹੀਂ ਸਕੋਗੇ। ਜਿੱਦਾਂ ਐਮਰਸਨ ਕਹਿੰਦਾ ਕਿ ਰੀਡਿੰਗ ਮੇਕਸ ਯੂ ਟਾਕੇਟਿਵ, ਰਾਈਟਿੰਗ ਮੇਕਸ ਯੂ ਐਗਜ਼ੈਕਟ। ਇਸ ਮੌਕੇ ਪ੍ਰਦੇਸ਼ਾਂ ਵਿੱਚ ਛਪਦੇ ਪੰਜਾਬੀ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਹੋ ਰਹੀਆਂ ਕੋਸ਼ਿਸ਼ਾਂ ਦੀ ਭਰਵੀਂ ਤਾਰੀਫ਼ ਕੀਤੀ ਗਈ ਅਤੇ ਇਸ ਦੇ ਨਾਲ ਹੀ ਨਾਲ ਲੱਚਰ ਗਾਇਕੀ ਨੂੰ ਪੰਜਾਬੀ ਸੱਭਿਆਚਾਰ ਨੂੰ ਗੰਧਲਿਆਂ ਕਰਨ ਦੇ ਲਈ ਜ਼ਿੰਮੇਵਾਰ ਵੀ ਠਹਿਰਾਇਆ ਗਿਆ।
ਇਸੇ ਸਮਾਗਮ ਵਿੱਚ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵੱਲੋਂ ਯਮਲਾ ਜੱਟ ਫਾਊਂਡੇਸ਼ਨ ਫਰੀਜ਼ਨੋ ਦੇ ਕਾਰਕੁਨਾਂ ਦਾ ਸਨਮਾਨ ਕਰਨ ਦੇ ਨਾਲ ਨਾਲ ਹੋਰ ਵੀ ਮੌਜੂਦ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਸੰਸਥਾ ਦੇ ਪ੍ਰਧਾਨ ਦਿਲਵੀਰ ਸਿੰਘ ਨਿੱਜਰ ਨੇ ਆਏ ਹੋਏ ਮਹਿਮਾਨਾਂ ਨੂੰ ਨਿੱਘੇ ਜੀ ਆਇਆਂ ਕਹਿ ਕੇ ਸੈਕਟਰੀ ਜਸਵੰਤ ਜੱਸੀ ਦੇ ਪੂਰੇ ਸਾਲ ਦਾ ਲੇਖਾ ਜੋਖਾ ਆਏ ਹੋਏ ਮਹਿਮਾਨਾਂ ਦੇ ਸਨਮੁੱਖ ਰੱਖਿਆ। ਅਖੀਰ ਨੂੰ ਕਵਿਤਾਵਾਂ, ਸ਼ਾਇਰੋ ਸ਼ਾਇਰੀ ਅਤੇ ਨਜ਼ਮਾਂ ਦੇ ਨਾਲ ਇਹ ਪ੍ਰੋਗਰਾਮ ਅਮਿੱਟ ਪੈਣਾ ਛੱਡਦਾ ਯਾਦਗਾਰੀ ਹੋਣ ਨਿਬੜਿਆ। ਸਟੇਜ ਸੰਚਾਲਨ ਉੱਗੀ ਸ਼ਾਇਰੀ ਨੀਲਮ ਸੈਣੀ ਨੇ ਬਾਖੂਬੀ ਕੀਤੀ। ਕੈਲੀਫੋਰਨੀਆ ਤੋਂ ਨੀਟਾ ਮਾਚੀਕੇ ਦੇ ਨਾਲ ਬਿੰਦਰਪਾਲ, ਗਲੋਬਲ ਪੰਜਾਬ ਟੀਵੀ ਦੇ ਲਈ। ਪੰਜਾਬੀ ਭਾਈਚਾਰੇ ਲਈ ਵਿਸਾਖੀ ਦਾ ਤਿਉਹਾਰ ਬੜੀ ਮਹੱਤਤਾ ਰੱਖਦਾ ਏ। ਇਸ ਪੱਖ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਗਿਆਨ ਸਾਗਰ ਗੁਰੂ ਘਰ ਦੇ ਵੱਲੋਂ ਮੈਰੀਲੈਂਡ ਦੇ ਵਿੱਚ ਵਿਸਾਖੀ ਮੇਲਾ ਪਿਆਰ ਅਤੇ ਸ਼ਰਧਾ ਦੇ ਨਾਲ ਮਨਾਇਆ ਗਿਆ। ਧਾਰਮਿਕ ਪ੍ਰੋਗਰਾਮਾਂ ਦੇ ਨਾਲ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਵੱਖ ਵੱਖ ਖੇਡਾਂ ਦੇ ਮੁਕਾਬਲਿਆਂ ਨੇ ਇਸ ਮੇਲੇ ਨੂੰ ਵੀ ਪੰਜਾਬ ਦੇ ਵਿੱਚ ਕਰਵਾਏ ਜਾਂਦੇ ਵੱਡੇ ਸੱਭਿਆਚਾਰਕ ਅਤੇ ਧਾਰਮਿਕ ਮੇਲਿਆਂ ਜਿਹੀ ਦਿੱਖ ਪ੍ਰਦਾਨ ਕੀਤੀ ਹੋਈ ਸੀ। ਧਾਰਮਿਕ ਦੀਵਾਨਾਂ ਦੇ ਪ੍ਰੋਗਰਾਮਾਂ ਪਿੱਛੋਂ ਅਰਦਾਸ ਕੀਤੀ ਗਈ ਅਤੇ ਇਸ ਉਪਰੰਤ ਗੁਰਦੁਆਰੇ ਦੇ ਖੁੱਲ੍ਹੇ ਮੈਦਾਨ ਦੇ ਵਿੱਚ ਪੰਜਾਬੀ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਗਏ। ਕਬੱਡੀ ਲਈ ਨਿਊਯਾਰਕ, ਮੈਰੀਲੈਂਡ, ਫਿਲਾਡਲਫੀਆ ਅਤੇ ਮੈਰੀਲੈਂਡ ਬੀ ਟੀਮਾਂ ਦੇ ਵਿੱਚ ਦਿਲਚਸਪ ਅਤੇ ਫਾਸਵੇਂ ਮੁਕਾਬਲੇ ਹੋਏ। ਕਬੱਡੀ ਦੇ ਫਾਈਨਲ ਦੇ ਵਿੱਚ ਨਿਊਯਾਰਕ ਅਤੇ ਮੈਰੀਲੈਂਡ ਦੇ ਕੁੰਡੀਆਂ ਦੇ ਸਿੰਘ ਫਾਸਵੇਂ ਮੁਕਾਬਲੇ ਵਿੱਚ ਨਿਊਯਾਰਕ ਦੀ ਟੀਮ ਬਹੁਤ ਥੋੜ੍ਹੇ ਅੰਕਾਂ ਦੇ ਨਾਲ ਪਹਿਲਾ ਇਨਾਮ ਜਿੱਤਣ ਦੇ ਵਿੱਚ ਕਾਮਯਾਬ ਰਹੀ। ਬੱਚਿਆਂ ਦੀਆਂ ਰੇਸਾਂ ਸਣੇ ਖੇਡ ਮੁਕਾਬਲੇ ਜਿੱਥੇ ਸੰਗਤਾਂ ਦੇ ਲਈ ਦਿਲਚਸਪੀ ਪੈਦਾ ਕਰ ਗਏ, ਉੱਥੇ ਸਭਨਾਂ ਲਈ ਸਿਹਤ ਸੰਬੰਧੀ ਜਾਗਰੂਕਤਾ ਦਾ ਸੁਨੇਹਾ ਵੀ ਦੇ ਗਏ। ਗੁਰੂ ਘਰ ਦੇ ਪ੍ਰਧਾਨ ਹਰਬੰਸ ਸਿੰਘ ਸੰਧੂ ਅਤੇ ਸਕੱਤਰ ਅਮਰਜੀਤ ਸਿੰਘ ਸੰਧੂ ਹੋਰਾਂ ਦੀ ਟੀਮ ਵੱਲੋਂ ਸਮੁੱਚੇ ਪ੍ਰਬੰਧਾਂ ਦੀ ਦੇਖਰੇਖ ਵਧੀਆ ਢੰਗ ਦੇ ਨਾਲ ਕੀਤੀ ਗਈ। ਸੰਗਤਾਂ ਨੂੰ ਲਿਆਉਣ ਲਈ ਸ਼ਟਲਸ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਇਲਾਕੇ ਦੇ ਪਤਵੰਤਿਆਂ ਦੇ ਸਮੇਤ ਏਸ਼ੀਅਨ ਖਿਡਾਰੀ ਮਨਜੀਤ ਸਿੰਘ ਗਿੱਲ ਵੱਲੋਂ ਖਿਡਾਰੀਆਂ ਨੂੰ ਨਕਦੀ ਅਤੇ ਟਰਾਫੀਆਂ ਦੇ ਨਾਲ ਸਨਮਾਨਿਤ ਕੀਤਾ ਗਿਆ। ਸਮੁੱਚੇ ਮੇਲੇ ਦੀ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਦੀ ਕਵਰੇਜ ਦੇ ਲਈ ਡਾਕਟਰ ਸੁਖਪਾਲ ਸਿੰਘ ਧਨੋਆ ਵੀ ਉੱਥੇ ਖਾਸ ਤੌਰ 'ਤੇ ਪੁੱਜੇ। ਅਜਿਹੇ ਮੇਲਿਆਂ ਦੇ ਵਿੱਚ ਜੇ ਦੂਜੇ ਭਾਈਚਾਰਿਆਂ ਨੂੰ ਵੀ ਖਾਸ ਸੱਦੇ ਉੱਤੇ ਬੁਲਾਇਆ ਜਾਵੇ ਤਾਂ ਇਹ ਮੇਲੇ ਸਾਡੀ ਸੰਪੂਰਨ ਪਹਿਚਾਣ ਦਾ ਸੁਨੇਹਾ ਦੇਣ ਦੇ ਵਿੱਚ ਕਾਫ਼ੀ ਸਹਾਈ ਸਿੱਧ ਹੋ ਸਕਦੇ ਨੇ। ਇਹ ਦੂਸਰਾ ਮੇਲਾ ਹੈ, ਪਿਛਲੇ ਸਾਲ ਨਾਲੋਂ ਵੀ ਐਤਕੀ ਜਿਹੜਾ ਮੇਲਾ ਹੈ ਬਹੁਤ ਸਕਸੈਸਫੁਲ ਹੋਇਆ ਹੈ। ਇਹ ਸਾਰਾ ਸੰਗਤਾਂ ਦੇ ਮੇਲ, ਪ੍ਰੇਮ ਅਤੇ ਉਹਨਾਂ ਦੇ ਇਕੱਠ ਨਾਲ ਹੈ। ਜਿਵੇਂ ਹੀ ਸਾਡੀ ਸੰਗਤ ਵਿੱਚ ਪ੍ਰੇਮ ਵਧੇਗਾ, ਤਿਉਂ ਤਿਉਂ ਅਸੀਂ ਹੋਰ ਵੀ ਇਕੱਠੇ ਹੋਵਾਂਗੇ। ਸਾਨੂੰ ਗੁਰੂ ਦੇ ਮੈਸੇਜ ਦੇ ਹਿਸਾਬ ਨਾਲ ਜੇ ਅਸੀਂ ਚੱਲਣ ਲੱਗ ਜਾਂਗੇ ਤਾਂ ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹੇਗੀ। ਖਾਲਸਾ ਪੰਥ ਦੇ ਸਾਜਨਾ ਦਿਵਸ 'ਤੇ ਅਸੀਂ ਗੁਰਦੁਆਰਾ ਗੁਰੂ ਗਿਆਨ ਸਾਗਰ ਵਿਖੇ ਖੇਡ ਮੇਲਾ, ਫੂਡ ਮੇਲਾ ਅਤੇ ਕਲਚਰਲ ਸਾਰਾ ਡਰੈਸਿਸ ਵਗੈਰਾ ਦਾ ਮੇਲਾ ਮਨਾਇਆ ਗਿਆ। ਬਾਲਟੀਮੋਰ, ਵਰਜੀਨੀਆ ਦੇ ਨੇੜੇ ਨੇੜੇ ਜਿੰਨੇ ਵੀ ਲੋਕਲ ਸੰਗਤਾਂ ਨੇ ਸਾਰੀਆਂ ਵਧਾਈਆਂ ਦੀਆਂ ਪਾਤਰ ਹਨ ਜਿਨ੍ਹਾਂ ਨੇ ਆਪਣਾ ਇਹਦੇ ਵਿੱਚ ਯੋਗਦਾਨ ਪਾਇਆ। ਗੁਰਦੁਆਰਾ ਗੁਰੂ ਗਿਆਨ ਸਾਗਰ ਦੇ ਵਿੱਚ ਇਹ ਦੂਜਾ ਵਿਸਾਖੀ ਮੇਲਾ ਹੈ ਅਤੇ ਮੇਲੇ ਦੀ ਖਾਸੀਅਤ ਇਹ ਹੈ ਵੀ ਸਾਰਾ ਫੂਡ ਫਰੀ ਅਤੇ ਬਹੁਤ ਦੂਰੋਂ ਦੂਰੋਂ ਲੋਕ ਆਏ ਨੇ ਅਤੇ ਗੇਮਸ ਫਰੀ ਐਂਟਰੀ ਅਤੇ ਫੂਡ ਸਾਰਾ ਸਾਰਿਆਂ ਨੇ ਸੇਵਾ ਕੀਤੀ ਹੈ ਇੱਥੇ। ਮੈਰੀਲੈਂਡ ਤੋਂ ਸੁਖਪਾਲ ਸਿੰਘ ਧਨੋਆ ਦੇ ਨਾਲ ਬਿੰਦਰਪਾਲ, ਗਲੋਬਲ ਪੰਜਾਬ ਟੀਵੀ। ਗੁਰਦੁਆਰਾ ਸਿੰਘ ਸਭਾ ਕਾਰਪੋਰੇਟ ਵੱਲੋਂ ਅਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਵੱਲੋਂ ਇੱਕ ਨਗਰ ਕੀਰਤਨ ਕੱਢਿਆ ਗਿਆ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਚਾਹ ਅਤੇ ਉਤਸ਼ਾਹ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲਿਆ ਗਿਆ। ਇੱਕ ਤੋਂ ਨਹੀਂ 72 ਘੰਟੇ ਹੋਸ਼ ਭੁਲਾਤੀ ਫੌਜਾਂ ਦੀ, ਇੱਕ ਤੋਂ ਨਹੀਂ 72 ਘੰਟੇ ਹੋਸ਼ ਭੁਲਾਤੀ ਫੌਜਾਂ ਦੀ, ਖੂਨ ਦੀ ਨਦੀ ਤੂਫਾਨ ਭੀਲਿਆ ਉਦੋਂ ਮਗਾਤੀ ਫੌਜਾਂ ਦੀ। ਗੁਰਦੁਆਰਾ ਸਿੰਘ ਸਭਾ ਕਾਰਟਰੇਟ ਅਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਰਟਰੇਟ ਵੱਲੋਂ ਸਾਂਝੇ ਤੌਰ 'ਤੇ 9 ਮਈ ਨੂੰ 9ਵਾਂ ਮਹਾਨ ਨਗਰ ਕੀਰਤਨ ਕਾਰਟਰੇਟ ਵਿੱਚੋਂ ਕੱਢਿਆ ਗਿਆ। ਇਹ ਬੜੀ ਇਤਿਹਾਸਿਕ ਪਰੇਡ ਹੈਗੀ ਹੈ, ਇਤਿਹਾਸਿਕ ਦਿਨ ਹੈ ਕਿਉਂਕਿ ਇਸ ਦਿਨ ਸਿਟੀ ਹਾਲ ਦੇ ਵਿੱਚ ਇੱਥੇ ਹੁਣ ਨਿਸ਼ਾਨ ਸਾਹਿਬ ਚੜ੍ਹਾਇਆ ਜਾਏਗਾ ਜੋ ਕਿ ਅਮੈਰੀਕਨ ਫਲੈਗ ਦੇ ਨਾਲ 7 ਦਿਨ ਇੱਥੇ ਰਹੇਗਾ। ਔਰ ਸਿਟੀ ਆਫਿਸ਼ਲਸ ਦੀ ਸਾਨੂੰ ਬਹੁਤ ਸਪੋਰਟ, ਔਰ ਇਹ ਇਤਿਹਾਸਿਕ ਦਿਹਾੜੇ 'ਤੇ ਮੈਂ ਸਾਰੇ ਸਮੂਹ ਸਿੱਖ ਜਗਤ ਨੂੰ ਵਧਾਈ ਦਿੰਦਾ ਔਰ ਸੰਗਤਾਂ ਨੂੰ ਅਪੀਲ ਕਰਦਾ ਵੱਧ ਤੋਂ ਵੱਧ ਇਹਦੇ ਵਿੱਚ ਸ਼ਾਮਿਲ ਹੋਵੋ। ਇਸ ਨਗਰ ਕੀਰਤਨ ਦੀ ਸ਼ੁਰੂਆਤ ਕਾਰਟਰੇਟ ਸਿਟੀ ਦੇ ਬਰੋਹਾਲ ਵਿੱਚ ਕੇਸਰੀ ਨਿਸ਼ਾਨ ਸਾਹਿਬ ਚੜ੍ਹਾ ਕੇ ਕੀਤੀ ਗਈ। ਇਹ ਨਿਸ਼ਾਨ ਸਾਹਿਬ 7 ਦਿਨਾਂ ਲਈ ਅਮੈਰੀਕਾ ਦੇ ਝੰਡੇ ਦੇ ਬਰਾਬਰ ਲਹਿਰਾਇਆ ਰਹੇਗਾ। ਇਸ ਮੌਕੇ ਸੰਗਤਾਂ ਵੱਡੀ ਗਿਣਤੀ ਵਿੱਚ ਇਸ ਨਗਰ ਕੀਰਤਨ ਦਾ ਹਿੱਸਾ ਬਣੀਆਂ ਅਤੇ ਇਸ ਮੌਕੇ ਸੰਗਤਾਂ ਦੇ ਵਿੱਚ ਸ਼ਰਧਾ ਅਤੇ ਉਤਸ਼ਾਹ ਵੇਖਿਆ ਹੀ ਬਣਦਾ ਸੀ ਤੇ ਖਾਸ ਤੌਰ ਤੇ ਬੱਚੇ ਵੀ ਇਸ ਨਗਰ ਕੀਰਤਨ ਦਾ ਹਿੱਸਾ ਬਣੇ। ਖੁਸ਼ੀ ਸਾਨੂੰ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਹੈ, ਬਹੁਤ ਜ਼ਿਆਦਾ, ਕਿਉਂਕਿ ਅਸੀਂ ਦੇਸ਼ ਤੋਂ ਬਹੁਤ ਹੀ ਦੂਰ ਡੱਡੇ ਆਪਣੇ ਮੁਰਬ ਤੋਂ ਦੂਰ ਬੈਠ ਕੇ ਵੀ ਅੱਜ ਆਪਣਾ ਖਾਲਸੇ ਦਾ ਜਨਮਦਿਨ ਮਨਾ ਰਹੇ ਹਾਂ। ਇੱਕ ਸਾਡੀ ਹੀ ਅਸੀਂ ਕੌਮ ਹੈ ਜਿਹੜੀ ਕਿਸੇ ਆਪਣੇ ਗੁਰੂ ਦਾ ਜਨਮਦਿਨ ਮਨਾਉਂਦੀ ਆ, ਨਹੀਂ ਤਾਂ ਹੋਰ ਕੋਈ ਮਨਾਉਂਦਾ ਨਹੀਂ, ਕਿਸੇ ਨੂੰ ਪਤਾ ਵੀ ਨਹੀਂ ਕਦੋਂ ਹੋਇਆ। ਸੋ ਇਸ ਕਰਕੇ ਅਸੀਂ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਾਂ। ਅੱਜ ਦੇ ਦਿਹਾੜੇ ਦੇ ਵਿੱਚ ਮੈਂ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਾਂਗਾ ਕਿ ਅੰਮ੍ਰਿਤ ਛਕ ਕੇ ਸਿੰਘ ਸਜੋ, ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਚੱਲੋ
ਇੱਕ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋਵੋ। ਸਿੱਖ ਕੌਮ ਨੂੰ ਅੱਜ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਖੇਰੋਂ ਖੇਰੋਂ ਹੋਇਆ ਕੌਮ ਦਾ ਕੋਈ ਮੁੱਲ ਨਹੀਂ ਪੈਂਦਾ। ਕਾਰਟਰੇਟ ਦੀਆਂ ਸਿੱਖ ਸੰਗਤਾਂ ਵਧਾਈ ਦੀਆਂ ਪਾਤਰ ਨੇ ਕਿ ਇਹ ਕਾਰਟਰੇਟ ਅਮਰੀਕਾ ਦਾ ਪਹਿਲਾ ਸ਼ਹਿਰ ਹੈ ਜਿੱਥੇ ਕਿ ਸਿਟੀ ਸੈਂਟਰ ਦੇ ਵਿੱਚ ਨਿਸ਼ਾਨ ਸਾਹਿਬ ਚਲਾਇਆ ਜਾਂਦਾ ਹੈ। ਮੇਅਰ ਨੇ, ਸੈਨੇਟਰ ਮੌਜੂਦ ਸਨ, ਸਾਰੇ ਕੌਂਸਲਮੈਨ। ਇਹ 9ਵੀਂ ਸਿੱਖ ਡੇ ਪੈਰੇਡ ਹੈ ਔਰ ਇਹ ਗੱਲ ਸ਼ੋਅ ਕਰਦੀ ਹੈ ਕਿ ਕਿਵੇਂ ਅਮਰੀਕਾ, ਜਿੱਥੇ 100 ਸਾਲ ਪਹਿਲਾਂ ਸਿੱਖ ਆਏ, ਉਹਨਾਂ ਨੇ ਨਾ ਸਿਰਫ ਗੁਰਦੁਆਰਾ ਸਾਹਿਬਾਨ ਉਸਾਰੇ ਨੇ ਪਰ ਉਹ ਪੋਲੀਟੀਕਲ ਸਿਸਟਮ ਦੇ ਵਿੱਚ ਵੀ ਉਹਨਾਂ ਨੇ ਆਪਣੀ ਥਾਂ ਬਣਾਈ ਹੈ। ਇਸ ਨਗਰ ਕੀਰਤਨ ਦਾ ਪ੍ਰਸਾਰਣ ਗਲੋਬਲ ਪੰਜਾਬ ਟੀਵੀ ਵੱਲੋਂ ਕੀਤਾ ਜਾਵੇਗਾ। ਸਮਾਂ ਰਹੇਗਾ 17 ਮਈ ਦਿਨ ਐਤਵਾਰ ਸ਼ਾਮੀ 8:30 ਵਜੇ ET ਤੇ PT। ਨਿਊਜਰਸੀ ਤੋਂ ਗਿੱਲ ਪ੍ਰਦੀਪ ਦੇ ਨਾਲ ਬਿੰਦਰਪਾਲ, ਗਲੋਬਲ ਪੰਜਾਬ ਟੀਵੀ। ਇਸ ਵੇਲੇ ਪੰਜਾਬੀ ਫਿਲਮਾਂ ਕਾਫੀ ਬਣ ਰਹੀਆਂ ਨੇ ਪਰ ਇਹਨਾਂ ਵਿੱਚੋਂ ਬਹੁਤ ਥੋੜੀਆਂ ਫਿਲਮਾਂ ਨੂੰ ਦਰਸ਼ਕਾਂ ਦਾ ਪਿਆਰ ਮਿਲਦਾ ਏ। ਇਹਨਾਂ ਫਿਲਮਾਂ ਦੀ ਲੜੀ ਦੇ ਵਿੱਚ ਹੀ ਪੰਜਾਬੀ ਸਿਨੇਮੇ ਲਈ ਨਵੇਂ ਰਾਹ ਖੋਲ੍ਹਣ ਵਾਲੇ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਦੀ ਅਗਲੀ ਫਿਲਮ ਗੱਦਾਰ ਰਿਲੀਜ਼ ਹੋਣ ਲਈ ਤਿਆਰ ਹੈ। ਇਹ ਹੈ ਜੈ ਸਿੰਘ ਦੀ ਜ਼ਿੰਦਗੀ, ਕਦੋਂ ਤੇ ਕਿੱਥੇ ਮੁੱਕ ਜਾਏ ਕੁਛ ਪਤਾ ਨਹੀਂ, ਮੇਰੇ ਕੋਲ ਇੰਨਾ ਸਮਾਂ ਨਹੀਂ ਹੈ। ਪੰਜਾਬੀ ਫਿਲਮਾਂ ਅਤੇ ਪੰਜਾਬੀ ਗਾਇਕੀ ਦੇ ਮੰਨੇ ਪ੍ਰਮੰਨੇ ਕਲਾਕਾਰ ਹਰਭਜਨ ਮਾਨ ਆਪਣੀ ਦਮਦਾਰ ਆਵਾਜ਼ ਅਤੇ ਵੱਖਰੀ ਅਦਾਕਾਰੀ ਕਰਕੇ ਜਾਣੇ ਜਾਂਦੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਅਗਲੀ ਫਿਲਮ ਗੱਦਾਰ ਰਿਲੀਜ਼ ਹੋਣ ਲਈ ਬਿਲਕੁਲ ਤਿਆਰ ਹੈ ਤੇ ਇਸੇ ਸੰਬੰਧ ਦੇ ਵਿੱਚ ਇਹਨਾਂ ਦੇ ਨਾਲ ਸਾਡੇ ਵੱਲੋਂ ਖਾਸ ਮੁਲਾਕਾਤ ਕੀਤੀ ਗਈ। ਜੈ ਸਿੰਘ, ਵਨ ਆਫ ਦ ਰਿਚੇਸਟ ਇੰਡੀਅਨਸ ਇਨ ਦ ਵਰਲਡ। ਤੇ ਹੁਣ ਤੁਸੀਂ ਆਪਣੀ ਫਿਲਮ ਗੱਦਾਰ ਲੈ ਕੇ ਪਬਲਿਕ ਦੀ ਕਚਹਿਰੀ ਵਿੱਚ ਆਏ ਜੀ, ਉਸ ਬਾਰੇ ਥੋੜਾ ਜਾਣਾ। ਗੱਦਾਰ ਫਿਲਮ ਅਮਤੋਜ ਮਾਨ ਹੋਰਾਂ ਨਾਲ ਮੇਰੀ ਸੈਕਿੰਡ ਫਿਲਮ ਜੀ ਔਰ ਇਹ ਗੱਦਾਰ ਇੱਕ ਐਸਾ ਸਬਜੈਕਟ ਹੈ ਜਿਹੜਾ ਕਿ ਹੁਣ ਤੋਂ ਨਹੀਂ, ਪਿਛਲੇ ਤਕਰੀਬਨ 7-8 ਸਾਲਾਂ ਤੋਂ ਅਮਤੋਜ ਹੋਰਾਂ ਦਾ ਇਸ ਫਿਲਮ 'ਤੇ ਕੰਮ ਚੱਲਦਾ ਸੀ ਜੀ। ਪਹਿਲਾਂ ਉਹਨਾਂ ਨੇ ਹਵਾਏ ਕਾਫਲਾ ਟਾਈਮ ਇਹ ਫਿਲਮ ਹਿੰਦੀ ਵਿੱਚ ਬਣਾਉਣ ਦਾ ਮਨ ਸੀ, ਪਰ ਚਲੋ ਆਈ ਫੀਲ ਕਿ ਮੈਂ ਖੁਸ਼ਕਿਸਮਤ ਹਾਂ ਜੀ ਕਿ ਫਿਲਮ ਪੰਜਾਬੀ ਵਿੱਚ ਬਣੀ ਔਰ ਮੈਂ ਇਹਦੇ ਵਿੱਚ ਇਹ ਕਿਰਦਾਰ ਨਿਭਾਇਆ। ਗੱਦਾਰ ਇੱਕ ਤੁਸੀਂ ਕਹਿ ਸਕਦੇ ਹੋ ਕਿ ਪਹਿਲੀ ਪੰਜਾਬੀ ਫਿਲਮ ਹੈ ਜਿਹੜੀ ਸਸਪੈਂਸ ਥ੍ਰਿਲਰ ਜਿਹੜੀ ਇਹ ਫਿਲਮ ਹੈ ਜੀ। ਠੀਕ ਹੈ ਜੀ, ਇਸ ਤਰ੍ਹਾਂ ਦੀ ਫਿਲਮ ਪੰਜਾਬੀ ਵਿੱਚ ਮੈਂ ਯਕੀਨਨ ਕਹਿ ਸਕਦਾ ਕਿ ਪਹਿਲਾਂ ਨਹੀਂ ਬਣੀ, ਨਾ ਅਟੈਂਪਟ ਹੋਈ ਹੈ ਜੀ। ਫਿਲਮ ਦੀ ਕਹਾਣੀ ਇਸ ਤਰ੍ਹਾਂ ਮੈਂ ਜ਼ਿਆਦਾ ਉਹਦੇ ਬਾਰੇ ਨਹੀਂ ਬੋਲ ਸਕਦਾ ਜੀ, ਉਹ ਥੀਏਟਰ 'ਚ ਦੇਖਣੀ, ਉਹ ਥੀਏਟਰ ਵਿੱਚ ਦੇਖਣੀ ਪਏਗੀ। ਹਾਂ, ਇੰਨਾ ਜ਼ਰੂਰ ਹੈ ਕਿ ਤੁਹਾਨੂੰ ਆਪਦੀ ਸੀਟ 'ਤੇ ਬੈਠਿਆਂ ਫਿਲਮ ਦਾ ਇੰਨਾ ਮਜ਼ਾ ਆਏਗਾ ਕਿ ਯਾਰ ਇਸ ਤੋਂ ਬਾਅਦ ਹੁਣ ਕੀ ਹੋਏਗਾ, ਹੁਣ ਨੈਕਸਟ ਸੀਨ ਦੇ ਵਿੱਚ ਹੁਣ ਕਹਾਣੀ ਕਿੱਧਰ। ਸੋ ਉਹ ਇੱਕ ਜਿਹੜੀ ਕੁਰੀਆਸਟੀ ਹੈ ਫਿਲਮ ਦੇ ਵਿੱਚ, ਉਹ ਤੁਹਾਡੀ ਬਰਕਰਾਰ ਰਹੂਗੀ ਜਿੰਨੀ ਦੇਰ ਤੁਸੀਂ ਥੀਏਟਰ ਦੇ ਵਿੱਚ ਬੈਠੇ ਹੋ। ਲਓ ਜੀ, ਇਹ ਸੀ ਸਾਡੀ ਗੱਲਬਾਤ ਹਰਭਜਨ ਮਾਨ ਹੋਰਾਂ ਦੇ ਨਾਲ ਗੱਦਾਰ ਫਿਲਮ ਦੇ ਬਾਰੇ 'ਚ। 29 ਮਈ ਨੂੰ ਵਰਲਡਵਾਈਡ ਰਿਲੀਜ਼ ਹੋ ਰਹੀ ਹੈ। ਅਸੀਂ ਜ਼ਰੂਰ ਚਾਹਾਂਗੇ ਕਿ ਤੁਸੀਂ ਪਰਿਵਾਰਾਂ ਦੇ ਸਮੇਤ ਇਸ ਫਿਲਮ ਨੂੰ ਜਾ ਕੇ ਦੇਖੋ। ਇੱਕ ਅਲੱਗ ਕਿਸਮ ਦੀ ਇਹ ਫਿਲਮ ਇਹਨਾਂ ਨੇ ਬਣਾਈ ਹੈ, ਜਿਸ ਤਰ੍ਹਾਂ ਇਹਨਾਂ ਨੇ ਹਾਣੀ ਬਣਾਈ ਸੀ, ਬੜੀ ਇੱਕ ਅਲੱਗ ਕਿਸਮ ਦੀ ਵਧੀਆ ਫਿਲਮ ਸੀ। ਸੋ ਪ੍ਰੋਗਰਾਮ 30 ਮਿੰਟ ਦੇ ਵਿੱਚ ਫਿਲਹਾਲ ਹੁਣ ਤੱਕ ਇੰਨਾ ਹੀ, ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।